ਅੰਮ੍ਰਿਤਸਰ ਦੇ ਨਰਾਇਣਗੜ੍ਹ ਛੇਹਰਟਾ ਵਿਖੇ ਨਿਰਮਲ ਸਿੰਘ ਬੇਦੀ ਤੇ ਅਮਰਦੀਪ ਸਿੰਘ ਅਤੇ ਸੰਗਤਾਂ ਦੇ ਸਹਿਯੋਗ ਵੱਲੋਂ ਗੁਰਪੁਰਬ ਨੂੰ ਸਮਰਪਿਤ ਇੱਕ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਿਕਾਲੇ ਗਏ ਇਸ ਨਗਰ ਕੀਰਤਨ ਵਿੱਚ ਸਕੂਲੀ ਬੱਚਿਆਂ ਦੀਆਂ ਬੈਂਡ ਪਾਰਟੀਆਂ, ਗੱਤਕਾ ਪਾਰਟੀਆਂ ਵੱਲੋਂ ਭਾਗ ਲਿਆ ਗਿਆ ਤੇ ਗੁਰੂ ਜਸ ਗਾਇਨ ਕਰਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਇਹ ਨਗਰ ਕੀਰਤਨ ਵੱਖ ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਦੇਰ ਸ਼ਾਮ ਨਰਾਇਣਗੜ੍ਹ ਵਿਖੇ ਪੁੱਜ ਕੇ ਸੰਪੰਨ ਹੋਇਆ। ਹਰ ਇਨਸਾਨ ਦੇ ਅੰਦਰ ਇੱਕ ਦੇਸ਼ ਭਗਤੀ ਦਾ, ਪਿਆਰ ਦਾ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਸਤੇ ਇੱਕ ਸੁਨੇਹਾ ਦਿੱਤਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਨ ਹਰ ਸਾਲ ਬ੍ਰਾਈਟ ਵੇ ਹੋਲੀ ਇਨੋਸੈਂਟ ਸਕੂਲ ਦਾ ਸਟਾਫ, ਬੱਚੇ, ਪਰਿਵਾਰ ਨਰਾਇਣਗੜ੍ਹ ਛੇਹਰਟੇ ਦੇ ਮੋਹਤਬਰ ਸੱਜਣ ਮਿਲ ਕੇ ਮਨਾਉਂਦੇ ਹਨ। ਮੈਂ ਸਾਰਿਆਂ ਨੂੰ ਅੱਜ ਦੇ ਦਿਹਾੜੇ ਦੇ ਜਿੱਥੇ ਜਿੱਥੇ ਵੀ ਗੁਰੂ ਲੇਵਾ ਮੇਰੇ ਵੀਰ ਬੈਠੇ ਹਨ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ, ਬਹੁਤ ਬਹੁਤ ਵਧਾਈ। ਸਮੂਹ ਸੰਗਤ ਨੂੰ, ਸ਼ਹਿਰ ਵਾਸੀ, ਗੁਰੂ ਕੀ ਨਗਰੀ ਦੇ ਸਾਰੇ ਹੀ ਸਮੂਹ ਵਾਸੀਆਂ ਨੂੰ ਅੱਜ ਦੇ ਜੇ ਸ਼ੁਭ ਦਿਹਾੜੇ ਦੀ ਮੈਂ ਬਹੁਤ ਬਹੁਤ ਵਧਾਈ ਦਿੰਦਾ ਵਾਂ। ਅਤੇ ਹਮੇਸ਼ਾ ਦੀ ਤਰ੍ਹਾਂ ਹੀ ਸਰਦਾਰ ਨਿਰਮਲ ਸਿੰਘ ਬੇਦੀ ਜੋ ਕਿ ਪ੍ਰਿੰਸੀਪਲ ਬ੍ਰਾਈਟਵੇ ਸਕੂਲ ਦੇ, ਇਹਨਾਂ ਦੇ ਉਪਰਾਲੇ ਸਦਕਾ ਜੋ ਅੱਜ ਇੱਡਾ ਵੱਡਾ ਜਲਸਾ ਕੱਢਿਆ ਜਾ ਰਿਹਾ, ਇਕੱਠ ਹੋਇਆ ਪਿਆ, ਇਹ ਸਾਰੇ ਇਸ ਚੀਜ਼ ਦੀ ਮੈਂ ਵਧਾਈ ਦਿੰਦਾ ਸਰਦਾਰ ਬੇਦੀ ਸਾਹਿਬ ਨੂੰ। ਅੰਮ੍ਰਿਤਸਰ ਤੋਂ ਜਾਗਰਤੀ ਲਹਿਰ ਦੇ ਲਈ ਕੈਮਰਾਮੈਨ ਹਰਜੀਤ ਗਰੇਵਾਲ ਦੇ ਨਾਲ ਅਮਨਦੀਪ ਸਿੰਘ ਮਾਹਲ ਦੀ ਰਿਪੋਰਟ।